ਸਨ 1979 ਦੇ ਵਿੱਚ ਜਦੋਂ ਸਿਮਰਨਜੀਤ ਸਿੰਘ ਮਾਨ ਐਸਐਸਪੀ ਨਿਯੁਕਤ ਸੀ ਉਦੋਂ ਸਰਾਏ ਨਾਗਾ ਸਾਹਿਬ ਗੁਰਦੁਆਰਾ ਵਿਖੇ ਇੱਕ ਇਨਕਾਊਂਟਰ ਹੋਇਆ ਸੀ ਉਸ ਇਨਕਾਊਂਟਰ ਦੀ ਦੁਆਰਾ ਪੰਜਾਬ ਦੇ ਵਿੱਚ ਚਰਚਾ ਛਿੜੀ ਹੈ ਉਹ ਕਿਉਂ ਹੋਇਆ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਉਹ ਤੋਂ ਇਲਾਵਾ ਐਮਐਸਪੀ ਦੀ ਮੀਟਿੰਗ ਜਿਦੇ ਵਿੱਚ ਪੰਜਾਬ ਨੂੰ ਨਹੀਂ ਸ਼ਾਮਲ ਕੀਤਾ ਤੇ ਬਾਕੀ ਖਬਰਾਂ ਦੀ ਵੀ ਪੜਤਾਲ ਕਰਾਂਗੇ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਸੋ ਅੱਜ ਵੀ ਸਾਡੇ ਨਾਲ ਚਰਚਾ ਲਈ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਕਿਵੇਂ ਹੋ ਸਭ ਤੁਸੀਂ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਹੋ ਆਲ ਵੈਲ ਸਰ ਅੱਜ ਦੀ ਖਬਰਾਂ ਵਿੱਚੋਂ ਖਬਰ ਕੀ ਆ ਦੱਸ ਦਿਆਂ ਸਰ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਸਰਕਾਰ ਕਿਉਂ ਐਮਐਸਪੀ ਪੈਨਲ ਚੋਂ ਪੰਜਾਬ ਨੂੰ ਰੱਖਿਆ ਬਾਹਰ ਬੇਲੋੜੀ ਬਿਆਨਬਾਜ਼ੀ ਨੂੰ ਛੱਡ ਕੇ ਕਰੀਏ ਵਿਚਾਰ ਸਹੀ ਸਵਾਲ ਜੇ ਚੱਕਾਂਗੇ ਤਾਂ ਹੀ ਹੋਊ ਸੁਧਾਰ ਤਾਂ ਹੀ ਹੋਊ ਸੁਧਾਰ ਬਿਲਕੁਲ ਗੱਲ ਠੀਕ ਹੈ ਜੀ ਬੇਲੋੜੀ ਬਿਆਨਬਾਜ਼ੀ ਤੇ ਬੇਲੋੜੇ ਮਸਲਿਆਂ ਦੇ ਵਿੱਚ ਆਪਾਂ ਉਲਝ ਕੇ ਸਾਡੇ ਅਸਲ ਮੁੱਦੇ ਕੀ ਐ ਅਸੀਂ ਉਹਨਾਂ ਤੋਂ ਭਟਕ ਜਾਂਦੇ ਆਂ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਐਮਐਸਪੀ ਪੈਨਲ ਚੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ ਤਾਂ ਮੈਨੂੰ ਲੱਗਦਾ ਕਿ ਇਹ ਭਾਰਤ ਸਰਕਾਰ ਨੂੰ ਤੇ ਜਿਹੜੀਆਂ ਵੀ ਕਮੇਟੀਆਂ ਜਿਹੜੇ ਵੀ ਆਫੀਸਰ ਇਹਦੇ ਵਿੱਚ ਸ਼ਾਮਿਲ ਨੇ ਜਾਂ ਜਿਹੜੇ ਮੰਤਰਾਲੇ ਸ਼ਾਮਿਲ ਨੇ ਉਹਨਾਂ ਨੂੰ ਬਹਿ ਕੇ ਸੋਚਣਾ ਚਾਹੀਦਾ ਕਿ ਜੀ ਪੰਜਾਬ ਭਾਰਤ ਦੀ ਇਹੋ ਜੀ ਸਟੇਟ ਹੈ ਜਿਹੜੀ ਸਭ ਤੋਂ ਵੱਧ ਅਨਾਜ ਪੈਦਾ ਕਰਕੇ ਤੁਹਾਨੂੰ ਦਿੰਦੀ ਹੈ ਜਿਹੜੇ ਐਕਸਪੋਰਟ ਦੇ ਵਿੱਚ ਅਸੀਂ ਸਭ ਤੋਂ ਵੱਧ ਅਨਾਜ ਦਿੰਨੇ ਆ ਤੇ ਉਸ ਸਟੇਟ ਦੇ ਵਿੱਚੋਂ ਕਿਸਾਨ ਉੱਠੇ ਕੁਝ ਸਮਾਂ ਪਹਿਲਾਂ ਹੀ ਹਜੇ ਬਹੁਤਾ ਸਮਾਂ ਨਹੀਂ ਹੋਇਆ ਕਿ ਉਹ ਜਿਹੜਾ ਕਿਸਾਨ ਅੰਦੋਲਨ ਖਤਮ ਹੋਏ ਨੂੰ ਬਹੁਤਾ ਐ ਐ ਵੀ ਕਹ ਲਈਏ ਕਿ 20 ਸਾਲ ਹੋ ਗਏ ਜਾਂ 10 ਸਾਲ ਹੋ ਗਏ ਹਜੇ 2 ਸਾਲ ਹੋਏ ਆ ਕਿ ਉਹ ਅੰਦੋਲਨ ਖਤਮ ਹੋਇਆ ਤੇ ਉਹ ਅੰਦੋਲਨ ਦੇ ਵਿੱਚ ਪੰਜਾਬ ਦੀ ਕੀ ਭਾਗੀਦਾਰੀ ਸੀ ਉਹ ਸ਼ੁਰੂ ਪੰਜਾਬ ਤੋਂ ਹੋਇਆ ਤੇ ਖਤਮ ਪੰਜਾਬ ਤੇ ਹੋਇਆ ਤੇ ਉਹ ਅੰਦੋਲਨ ਪੰਜਾਬ ਦੇ ਕਿਸਾਨ ਹੀ ਸੀ ਜੇ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਹੁੰਦੀ ਹੈ ਤੇ ਜਦੋਂ ਕਿਸਾਨੀ ਲਈ ਕੋਈ ਡਿਸੀਜਨ ਲਿਆ ਜਾਣਾ ਹੈ ਉਹਨੋਂ ਪੰਜਾਬ ਦੇ ਲੋਕ ਹੈ ਨਹੀਂ ਉੱਥੇ ਇਹਦੇ ਲਈ ਮੈਨੂੰ ਲੱਗਦਾ ਹੈ ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਦੇ ਜਿਹੜੇ ਲੋਕ ਪੰਜਾਬ ਦੇ ਲੀਡਰ ਹੈਗੇ ਆ ਕਿਸਾਨ ਆਗੂ ਆ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਮੈਨੂੰ ਲੱਗਦਾ ਇਹ ਪੈਨਲ ਦੇ ਵਿੱਚ ਨਾ ਜ਼ਰੂਰੀ ਨਹੀਂ ਹੈ ਕਿ ਇਕਾ ਦੁਕਾ ਲੋਕ ਹੀ ਆ ਐਗਰੀਕਲਚਰ ਯੂਨੀਵਰਸਿਟੀਆਂ ਦੇ ਮਾਹਰ ਹੀ ਲੈਣੇ ਆ ਐਗਰੀਕਲਚਰ ਯੂਨੀਵਰਸਿਟੀਆਂ ਦੇ ਮਾਹਰ ਤਾਂ ਲੋਏ ਲੋ ਨਾਲ ਨਾਲ ਉਹ ਲੋਕ ਵੀ ਲਓ ਜਿਹੜੇ ਆਮ ਕਿਸਾਨਾਂ ਨੂੰ ਮਿਲਦੇ ਆ ਜਿਹੜੇ ਆਮ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਰਿਪਰੈਜ਼ੈਂਟ ਕਰਦੇ ਆ ਅਸੀਂ ਇੱਕ ਏਸੀ ਕਮਰੇ ਦੇ ਵਿੱਚ ਬੈਠ ਕੇ ਅਸੀਂ ਪਲੈਨਿੰਗ ਤਾਂ ਬਣਾ ਸਕਦੇ ਆ ਕਿ ਜੀ ਪੰਜਾਬ ਦੇ ਵਿੱਚ ਖੇਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਖੇਤੀ ਮਾਡਲ ਕੀ ਹੋਣਾ ਚਾਹੀਦਾ ਪਰ ਉਹਨੂੰ ਇੰਪਲੀਮੈਂਟ ਜਿਹਨੇ ਕਰਨਾ ਹੈ ਉਹਨੂੰ ਉਹਦੀ ਖਬਰ ਹੀ ਨਹੀਂ ਉਹਦੀਆਂ ਸਮੱਸਿਆਵਾਂ ਉਹਦੇ ਚੈਲੰਜਸ ਸਾਨੂੰ ਪਤਾ ਹੀ ਨਹੀਂ ਅਸੀਂ ਇਹ ਕਹਿ ਦਈਏ ਕਿ ਜੀ ਪੰਜਾਬ ਦੇ ਵਿੱਚ ਨਾ ਜਿਹੜਾ ਕ੍ਰੌਪ ਡਾਈਵਰਸੀਫਿਕੇਸ਼ਨ ਹੋਣਾ ਚਾਹੀਦਾ। ਹੂੰ। ਪੰਜਾਬ ਦੇ ਵਿੱਚ ਜਿਹੜਾ ਕ੍ਰੌਪ ਸਰਕਲ ਹੈ ਜਿਹੜਾ ਉਹ ਬਦਲਣਾ ਚਾਹੀਦਾ ਵੀ ਝੋਨੇ ਕ੍ਰੌਪ ਸਰਕਲ ਜੀ ਝੋਨੇ ਤੇ ਕਣਕ ਤੋਂ ਇਲਾਵਾ ਵੀ ਕੋਈ ਫਸਲ ਹੋਣੀ ਚਾਹੀਦੀ ਹੈ। ਜਿਵੇਂ ਪੰਜਾਬ ਸਰਕਾਰ ਨੇ ਇਸ ਵਾਰੀ ਮੂੰਗਦਾਲ ਦੀ ਐਮਐਸਪੀ ਦਿੱਤੀ ਐ ਤੇ ਉਹ ਇੱਕ ਚੰਗਾ ਕੰਮ ਸੀ। ਤੇ ਉਸੇ ਤਰੀਕੇ ਨਾਲ ਹੁਣ ਉਹ ਜਿਹੜੀਆਂ ਸਮੱਸਿਆਵਾਂ ਆ ਜਿਉਂ ਸਰਕਲ ਤੋੜਨਾ ਤੁਸੀਂ ਜੋ ਕ੍ਰੌਪ ਸਾਈਕਲ ਤੋੜ ਕੇ ਤੁਸੀਂ ਵਿੱਚ ਹੋਰ ਫਸਲਾਂ ਐਡ ਕਰਨੀਆਂ ਤਾਂ ਤੁਹਾਨੂੰ ਉਹਦੇ ਲਈ ਕਿਸਾਨਾਂ ਨੂੰ ਵੀ ਨਾਲ ਹੀ ਬਿਠਾਉਣਾ ਪਊਗਾ ਤੁਹਾਨੂੰ ਖੇਤੀ ਮਹਾਰਾ ਦੀ ਤਾਂ ਲੋੜ ਹੈ ਹੀ ਐ ਨਾਲ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਆਪ ਖੇਤੀ ਕਰਦੇ ਐ ਜਿਨ੍ਹਾਂ ਨੇ ਰਾਤ-ਰਾਤ ਨੂੰ ਜਾ ਕੇ ਖੇਤਾਂ ਨੂੰ ਪਾਣੀ ਲਾਉਣਾ ਐ ਉਹਨਾਂ ਨੂੰ ਪਤਾ ਹੁੰਦਾ ਵੀ ਸਮੱਸਿਆਵਾਂ ਕੀ ਆਉਣੀਆਂ ਚੈਲੰਜਸ ਕੀ ਆਉਣਗੇ ਤੇ ਜੇ ਉਹਨਾਂ ਨੂੰ ਸ਼ਾਮਲ ਨਹੀਂ ਕਰਨਾ ਤੇ ਫਿਰ ਮੈਨੂੰ ਲੱਗਦਾ ਇਸ ਪੈਨਲ ਨੂੰ ਬਣਾਉਣਾ ਬੇਲੋੜਾ ਐ ਸਰ ਸੀਐਮ ਭਗਵੰਤ ਮਾਨ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ ਹੈ ਤੇ ਟਵੀਟ ਰਾਹੀਂ ਉਹਨਾਂ ਨੇ ਲਿਖਿਆ ਕਿ ਐਮਐਸਪੀ ਸਾਡਾ ਰਾਈਟ ਹੈ ਤੇ ਵੈਸੇ ਵੀ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕ੍ਰੌਪ ਸਾਈਕਲ ਤੇ ਕਰਜ਼ੇ ਹੇਠ ਦਬੇ ਰਹਿੰਦੇ ਐ ਇਸੇ ਚੱਕਰ ਦੇ ਵਿੱਚ ਫਸੇ ਰਹਿੰਦੇ ਐ ਤੇ ਹੁਣ ਕੇਂਦਰ ਸਰਕਾਰ ਨੇ ਜਦੋਂ ਮੀਟਿੰਗ ਕੀਤੀ ਐ ਐਮਐਸਪੀ ਪੈਨਲ ਬਣਾਇਆ ਹੈ ਤੇ ਪੰਜਾਬ ਦੀ ਨੁਮੰਦਗੀ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ ਪਰ ਅਜੇ ਹਾਂ ਨਹੀਂ ਹੋਇਆ ਤੇ ਰਾਗਵ ਚੱਡਾ ਨੇ ਕਿਹਾ ਕਿ ਇਹ ਜਾਣ ਪੁੱਛ ਕੇ ਕੀਤਾ ਗਿਆ ਦੇਖੋ ਜਾਣ ਬੁੱਝ ਕੇ ਕੀਤਾ ਗਿਆ ਆ ਨਹੀਂ ਕੀਤਾ ਗਿਆ ਇਹ ਹੋਰ ਮਸਲਾ ਹੈ ਇਹ ਅਸੀਂ ਕਿਉਂਕਿ ਉਹ ਬੀਜੇਪੀ ਦੀ ਕੇਂਦਰ ਸਰਕਾਰ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਨੁਮਾਇੰਦੇ ਹੋਣਗੇ ਉਹ ਤਾਂ ਕਹਿਣਗੇ ਕਿ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਕੀਤਾ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਨੂੰ ਅਥਾਰਾਈਜ਼ ਕੀਤਾ ਹੋਵੇ ਉਹਨਾਂ ਨੇ ਗਲਤੀ ਕੀਤੀ ਹੋਵੇ ਗਲਤੀ ਹੈ ਬੇਸ਼ੱਕ ਗਲਤੀ ਹੈ ਤੇ ਉਸ ਗਲਤੀ ਨੂੰ ਸੁਧਾਰਨਾ ਜ਼ਰੂਰੀ ਹੈ ਤੇ ਰਿਫਾਰਮਸ ਵੀ ਲਾਉਣੇ ਜ਼ਰੂਰੀ ਹੈ ਖੇਤੀ ਦੇ ਵਿੱਚ ਅਸੀਂ ਆਪ ਹੀ ਤੰਗ ਹੋ ਰਹੇ ਹਾਂ ਨਾ ਖੇਤੀ ਘਾਟੇ ਦਾ ਸੌਦਾ ਹੋ ਗਿਆ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਪੁੱਤ ਆਪਣੀਆਂ ਜ਼ਮੀਨਾਂ ਛੱਡ ਛੱਡ ਕੇ ਬਾਹਰ ਜਾ ਕੇ ਨੌਕਰੀਆਂ ਕਰ ਰਹੇ ਆ ਟਰੱਕ ਚਲਾ ਰਹੇ ਆ ਯੂ ਐਸ ਕੈਨੇਡਾ ਦੇ ਵਿੱਚ ਜਾ ਕੇ ਉਹ ਉਹਦਾ ਕਾਰਨ ਕੀ ਹੈ ਕਾਰਨ ਇਹੀ ਹੈ ਕਿਉਂਕਿ ਖੇਤੀ ਦੇ ਵਿੱਚ ਉਹ ਲਾਹੇਵੰਦ ਨਹੀਂ ਰਹੀ ਖੇਤੀ ਪ੍ਰੋਗਰੈਸਿਵ ਨਹੀਂ ਪ੍ਰੋਗਰੈਸਿਵ ਨਹੀਂ ਰਹੀ ਅਸੀਂ ਪ੍ਰੋਗਰੈਸਿਵ ਖੇਤੀ ਸਿਖਾਉਣੀ ਆ ਲੋਕਾਂ ਨੂੰ ਅਸੀਂ ਨਵੇਂ ਮੁੰਡੇ ਕੁੜੀਆਂ ਨੂੰ ਪੜ੍ਹੇ ਲਿਖਿਆ ਨੂੰ ਖੇਤੀ ਦੇ ਵਿੱਚ ਜੋੜਨਾ ਹੈ ਤੇ ਖੇਤੀ ਨੂੰ ਹੋਰ ਤਰੀਕ ਹੋਰ ਵਧੀਆ ਤਰੀਕਿਆਂ ਦੇ ਨਾਲ ਕਰੀਏ ਤਾਂ ਕਿ ਸਾਡੀ એનર્ਜੀ ਘੱਟ ਲੱਗੇ ਸਾਡੀ ਮੈਨਪਾਵਰ ਘੱਟ ਲੱਗੇ ਤੇ ਸਾਡੀ ਪ੍ਰੋਡਕਸ਼ਨ ਵੱਧ ਹੋਵੇ ਪ੍ਰੋਡਕਸ਼ਨ ਵਧਾਉਣ ਦੀ ਗੱਲ ਹੈ ਤੇ ਉਹ ਪ੍ਰੋਡਕਸ਼ਨ ਵਧੂਗੀ ਰਿਫਾਰਮਸ ਦੇ ਨਾਲ ਰਿਫਾਰਮ ਲਿਆਉਣੇ ਜ਼ਰੂਰੀ ਆ ਪਰ ਨਾਲ ਨਾਲ ਇਹ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਲੋਕਾਂ ਨੂੰ ਉਹਦੇ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਹੈ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਜਿਨ੍ਹਾਂ ਨੇ ਫਾਰਮ ਹਾਊਸਾਂ ਤੇ ਕੰਮ ਕਰਨਾ ਹੈ ਜੀ ਜਿਨ੍ਹਾਂ ਨੇ ਫਾਰਮ ਬਣਾ ਕੇ ਆਪਦੇ ਉਹਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਉਹਦੇ ਚੋਂ ਫਾਈਨੈਂਸ਼ੀਅਲ ਲਾਸਸ ਵੀ ਝੱਲਣੇ ਆ ਤੇ ਰੈਵਨਿਊ ਵੀ ਕੱਢਣਾ ਹੈ ਉਹਨਾਂ ਲੋਕਾਂ ਨੂੰ ਸਾਨੂੰ ਜੋੜਨਾ ਜ਼ਰੂਰੀ ਆ ਸਰ ਸਿਮਰਨਜੀਤ ਸਿੰਘ ਮਾਨ ਆਪਣੇ ਬਿਆਨ ਕਰਕੇ ਦੁਆਰਾ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਹੁਣ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਜਦੋਂ ਐਸਐਸਪੀ ਵੱਜੋ ਤਨਤ ਸੀਗੀ ਸਨ 1979 ਦੇ ਵਿੱਚ ਤੇ ਸਵਾਲ ਚੱਕੇ ਗਏ ਨੇ ਗੋਲੀਬਾਰੀ ਜਿਹੜੀ ਹੋਈ ਸੀਗੀ ਗੁਰਦੁਆਰਾ ਸਰਾਏ ਨਾਗਾ ਸਾਹਿਬ ਤੇ ਇੱਕ ਪੱਤਰਕਾਰ ਰਹੇ ਆ ਬੀਕੇ ਚੰਮ ਉਹਨਾਂ ਨੇ ਉਸ ਵੇਲੇ ਪੱਤਰਕਾਰੀ ਕੀਤੀ ਹੈ ਜਦੋਂ ਪੰਜਾਬ ਵਿੱਚ ਮਾੜਾ ਦੌਰ ਸੀ ਐਮਰਜੈਂਸੀ ਦਾ ਦੌਰ ਸੀ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਬਿਹਾਈਂਡ ਦਾ ਕਲੋਜ਼ ਡੋਰਸ ਬੰਦ ਦਰਵਾਜ਼ਿਆਂ ਦੇ ਪਿੱਛੇ ਦੀਆਂ ਕਹਾਣੀਆਂ ਤੇ ਉਹਨਾਂ ਨੇ ਪੰਜਾਬ ਹਰਿਆਣਾ ਤੇ ਐਮਰਜੈਂਸੀ ਦੇ ਸਮੇਂ ਦੀਆਂ ਪੋਲਿਟਿਕਸ ਐ ਉਹਦੇ ਬਾਰੇ ਗੱਲ ਕੀਤੀ ਐ ਉਹਦੇ ਵਿੱਚ ਉਹਨਾਂ ਨੇ ਇੱਕ ਹਾਦਸਾ ਇੱਕ ਵਾਕਿਆ ਦੱਸਿਆ ਕਿ ਜਦੋਂ ਹਰਚੰਨ ਸਿੰਘ ਬਰਾੜ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਆ ਸਰਾਏ ਨਾਗਾ ਦੇ ਰਹਿਣ ਵਾਲੇ ਆ ਤੇ ਉਹਨਾਂ ਦੇ ਘਰ ਮੌਕੇ ਦੇ ਐਸਐਸਪੀ ਫਰੀਦਕੋਟ ਕਿਉਂਕਿ ਉਦੋਂ ਸਰਾਏ ਨਾਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆਉਂਦਾ ਸੀ ਐਸਐਸਪੀ ਫਰੀਦਕੋਟ ਸਿਮਰਨਜੀਤ ਸਿੰਘ ਮਾਨ ਨੇ মিডিਆ ਨਾਲ ਗੱਲਬਾਤ ਕੀਤੀ ਹੈ ਤੇ মিডিਆ ਨੂੰ ਦੱਸਿਆ ਕਿ ਇੱਥੇ ਅਸੀਂ ਇਨਕਾਊਂਟਰ ਕੀਤਾ ਜਿਦੇ ਵਿੱਚ 6 ਨਿਹੰਗ ਸਿੰਘ ਸੀ ਉਹ ਮਾਰੇ ਗਏ ਆ ਤੇ ਉਹਦੇ ਬਾਰੇ ਉਹਨਾਂ ਨੂੰ ਸਬੂਤ ਵੀ ਦਿਖਾਏ ਗਏ ਕਿ ਇੱਕ ਗੁਰਦੁਆਰੇ ਦੀ ਕੰਧ ਤੇ ਸਰਾਇਨਾਗਾ ਗੁਰਦੁਆਰੇ ਦੀ ਕੰਧ ਤੇ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ ਤੇ ਉਸ ਕੰਧ ਤੇ ਗੋਲੀਆਂ ਲੱਗੀਆਂ ਹੋਈਆਂ ਉਹ ਸਬੂਤ ਦੇ ਤੌਰ ਤੇ ਪੱਤਰਕਾਰਾਂ ਨੂੰ ਦਿਖਾਇਆ ਗਿਆ ਕਿ ਜੀ ਇੱਥੇ ਇਹ ਹਾਦਸਾ ਹੋਇਆ ਸੀ ਤੇ ਇੱਥੇ 6 ਨਿਹੰਗ ਸਿੰਘਾਂ ਨੂੰ ਮਾਰਗਰਾਇਆ ਗਿਆ ਤੇ ਜਦੋਂ ਉਹ ਉਹਨਾਂ ਦੇ ਪਿੰਡ ਗਏ ਤੇ ਜਦੋਂ ਉਹ ਇੱਕ ਨਿਹੰਗ ਸਿੰਘ ਦੇ ਪਿੰਡ ਗਏ ਉਹ ਸੰਸਕਾਰ ਕਰਕੇ ਪਿੰਡ ਵਾਲੇ ਵਾਪਸ ਆ ਰਹੇ ਸੀ ਤੇ ਉਹਨਾਂ ਨੇ ਦੱਸਿਆ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਦੱਸਿਆ ਕਿ ਜੀ ਇਹਨਾਂ ਨੂੰ ਹੱਥ ਬੰਨ ਕੇ ਪੁਲਿਸ ਲੈ ਕੇ ਗਈ ਸੀ ਉਹਨਾਂ ਨੂੰ ਕੋਈ ਮੁਕਾਬਲੇ ਦੇ ਵਿੱਚ ਨਹੀਂ ਮਾਰਿਆ ਗਿਆ ਝੂਠਾ ਮੁਕਾਬਲਾ ਬਣਾਇਆ ਗਿਆ ਹੂੰ ਪਿੰਡ ਦੇ ਲੋਕਾਂ ਦੀ ਬਿਆਨਬਾਜ਼ੀ ਇਹ ਸੀ ਪਿੰਡ ਦੇ ਲੋਕਾਂ ਨੇ ਉਹਨਾਂ ਬਾਰੇ ਇਹ ਦੱਸਿਆ ਤੇ ਸਿਮਰਨਜੀਤ ਸਿੰਘ ਮਾਨਤੇ ਸਵਾਲ ਇਹ ਚੱਕੇ ਜਾ ਰਹੇ ਆ ਕਿ ਜਦੋਂ ਤੁਸੀਂ ਭਗਤ ਸਿੰਘ ਨੂੰ ਕਹਿ ਸਕਦੇ ਹੋ ਕਿ ਜੀ ਉਹ ਹੱਤਵਾਦੀ ਰਹੇ ਆ ਪਰ ਪੰਜਾਬ ਦਾ ਮਾੜਾ ਦੌਰ ਸੀ ਜਦੋਂ ਜਦੋਂ ਪੰਜਾਬ ਦੇ ਪੁੱਤ ਘਰਾਂ ਚੋਂ ਬਨ ਕੇ ਲਿਜਾ ਕੇ ਨਹਿਰ ਦੇ ਪੁਲਾਂ ਤੇ ਗੁਰਦੁਆਰਿਆਂ ਦੇ ਵਿੱਚ ਪਿੰਡਾਂ ਦੀਆਂ ਹੋਰ ਥਾਵਾਂ ਤੇ ਬਨ ਕੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਬਲੈਕ ਪੁਆਇੰਟ ਤੋਂ 0 ਪੁਆਇੰਟ ਤੋਂ ਤੇ ਉਦੋਂ ਤੁਸੀਂ ਵੀ ਉਹਨਾਂ ਦੇ ਨਾਲ ਹੋ ਜਾਂਦੇ ਹੋ ਤੇ ਅੱਜ ਤੁਸੀਂ ਕਹਿੰਦੇ ਹੋ ਵੀ ਜਦੋਂ ਪੰਜਾਬ ਦੇ ਹੋਰ ਮਸਲੇ ਚੱਕਣ ਦੀ ਜ਼ਰੂਰਤ ਹੈ ਜਦੋਂ ਪੰਜਾਬ ਦੀ ਪੰਜਾਬੀਅਤ ਖਤਮ ਹੋ ਰਹੀ ਹੈ ਜਦੋਂ ਪੰਜਾਬ ਦੇ ਲੋਕ ਖਤਮ ਹੋ ਰਹੇ ਜਵਾਨੀ ਖਤਮ ਹੋ ਰਹੀ ਹੈ ਉਦੋਂ ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ ਉਸ ਬਿਆਨਬਾਜ਼ੀ ਦੇ ਵਿੱਚ ਸਾਰਿਆਂ ਨੂੰ ਉਲਝਾ ਰਹੇ ਹੋ ਜਦੋਂ ਜਦੋਂ ਲੋਕਾਂ ਨੂੰ ਬਚਾਉਣ ਦੀ ਗੱਲ ਸੀ ਜਦੋਂ ਤੁਹਾਡੇ ਕੋਲ ਅਹੁਦਾ ਸੀ ਜਦੋਂ ਤੁਸੀਂ ਅਹੁਦੇਦਾਰ ਸੀ ਠੀਕ ਹੈ ਉਹ ਤੋਂ 5 ਸਾਲ ਬਾਅਦ 1984 ਚ ਜੋ ਹੋਇਆ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਤਾਂ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇਤਾ ਤੇ ਤੁਸੀਂ ਇਸ ਮੂਮੈਂਟ ਦੇ ਨਾਲ ਹੋ ਗਏ ਤੁਸੀਂ ਖੁੱਲ ਕੇ ਖਾਲਿਸਤਾਨ ਦਾ ਸਾਥ ਦਿੱਤਾ ਤੁਸੀਂ ਖੁੱਲ ਕੇ ਕਿਹਾ ਕਿ ਜੀ ਖਾਲਿਸਤਾਨ ਹੋਣਾ ਚਾਹੀਦਾ ਸਾਨੂੰ ਸਵਰਾਇਨਟੀ ਚਾਹੀਦੀ ਹੈ ਪੰਜਾਬ ਨੂੰ ਤੇ ਉਦੋਂ ਠੀਕ 5 ਸਾਲ ਪਹਿਲਾਂ ਇੱਕ ਐਨਕਾਊਂਟਰ ਹੁੰਦਾ ਹੈ ਉਹਦੇ ਵਿੱਚ ਤੁਸੀਂ ਐਸਐਸਪੀ ਜੀ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸੀ ਤੁਸੀਂ ਕੋਈ ਛੋਟਾ ਅਹੁਦਾ ਨਹੀਂ ਆਉਂਦਾ ਉਸ ਅਦਦੇ ਤੇ ਹੁੰਦਿਆਂ ਤੁਸੀਂ 6 ਲੋਕਾਂ ਨੂੰ ਮਾਰਿਆ ਤੇ ਉਹਦੇ ਵਿੱਚ ਵੀ ਇਹੀ aarop ਲੱਗਦੇ ਆ ਜੋ ਸਮਰਥਣੀ ਤੇ ਲੱਗੇ ਆ ਜੋ ਕੇਪੀਐਸ ਗਿਲ ਤੇ ਲੱਗੇ ਆ ਜੀ aarop ਤਾਂ ਉਹੀ ਆ ਨਾ ਤੇ ਫਿਰ ਤੁਹਾਨੂੰ ਕਿਹਦੀ ਗਣਤੀ ਚ ਰੱਖੀਏ ਪੰਜਾਬ ਦੇ ਲੋਕ ਤੁਹਾਨੂੰ ਕਿਹਦੀ ਗਣਤੀ ਚ ਰੱਖਣਗੇ ਜਾਂ ਤਾਂ ਕੇਪੀਐਸ ਗਿਲ ਦੇ ਸਾਥੀ ਹੋ ਤੁਸੀਂ ਜਾਂ ਪੰਜਾਬ ਦੇ ਸਾਥੀ ਹੋ ਅੱਜ ਤੁਸੀਂ ਕਹਿੰਦੇ ਹੋ ਕਿ ਭਗਤ ਸਿੰਘ ਅੱਤਵਾਦੀ ਸੀ ਉਹ ਮਾਮਲਾ ਦੇ ਕੇ ਤੁਸੀਂ ਇੱਕ ਸਿਰਫ ਬਿਆਨ ਸਿੱਟਿਆ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਉਹਦੇ ਚੁਲਝਾ ਲਿਆ ਹੂੰ ਮਤਲਬ ਤੁਸੀਂ ਪੰਜਾਬ ਦੇ ਰਿਸਪੌਂਸਿਬਲ ਲੀਡਰ ਹੋ ਤੁਸੀਂ ਆ ਪੋਲਿਟਿਕਸ ਦੇ ਵਿੱਚ ਆਪਦੀ ਅੱਧੀ ਤੋਂ ਵੱਧ ਉਮਰ ਕੱਢੀ ਹੈ ਤੁਸੀਂ ਆਈਪੀਐਸ ਅਧਿਕਾਰੀ ਰਹੇ ਹੋ ਤੁਸੀਂ ਪੰਜਾਬ ਦੀ ਆਂ ਇੰਡੀਆ ਦੀ ਪੁਲਿਸ ਫੋਰਸ ਨੂੰ ਸਰਵ ਕੀਤਾ ਔਰ ਤੁਹਾਡੀ ਫੈਮਿਲੀ ਦਾ ਵੀ ਇੱਕ ਵੱਡਾ ਨਾਮ ਹੈ ਤੁਹਾਡੀ ਫੈਮਿਲੀ ਨੇ ਵੀ ਬਹੁਤ ਸਰਵ ਕੀਤਾ ਚਾਹੇ ਉਹ ਸਿੱਖ ਕਮਿਊਨਿਟੀ ਦੇ ਵਿੱਚ ਰਹੇ ਹਨ ਜਾਂ ਉਸ ਤੋਂ ਪਹਿਲਾਂ ਫੌਜ ਦੇ ਵਿੱਚ ਵੀ ਰਹੇ ਹਨ ਇਹਨਾਂ ਦੇ ਫਾਦਰ ਤੇ ਐਡਾ ਵੱਡਾ ਇਤਿਹਾਸ ਹੋਣ ਦੇ ਬਾਵਜੂਦ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਲਈ ਅੱਜ ਠੀਕ ਕੀ ਹੈ ਸਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਇਸ ਹੱਦ ਸੇ ਤੋਂ 1 ਸਾਲ ਬਾਅਦ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਪੰਜਾਬ ਸੈਕਟਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨਾਲ ਤੇ ਉਹਨਾਂ ਨੇ ਇੱਕ ਅਨਯੂਜਵਲ ਸਿਮਿਲੈਰਿਟੀ ਨੋਟਿਸ ਕੀਤੀ ਜਨਰਲ ਡਾਇਰ ਦੇ ਵਿੱਚ ਤੇ ਸਿਮਰਨਜੀਤ ਸਿੰਘ ਮਾਨ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਪਵਿੱਤਰ ਸਥਾਨ ਤੇ ਗੋਲੀ ਕਿਉਂ ਮਾਰੀ ਗਈ ਤੇ ਨਿਹੰਗਾਂ ਨੂੰ ਕਿਉਂ ਤੇ ਕਿਵੇਂ ਮਾਰਿਆ ਗਿਆ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਫੌਜਾਂ ਦਾ ਜਰਨੈਲ ਸੀ ਤਾਂ ਮੇਰੇ ਅੱਗੇ ਸਿਪਾਹੀ ਸ਼ਹੀਦ ਪਏ ਸੀ ਤੇ ਮੇਰੀ ਰਗਾਂ ਦੇ ਵਿੱਚ ਖੂਨ ਖੋਲ ਰਿਆ ਸੀ ਗੱਲ ਇਹੀ ਹੈ ਸਾਰੇ ਪੰਜਾਬ ਦਾ ਸਵਾਲ ਇਹੀ ਹੈ ਕਿ ਤੁਹਾਡਾ ਖੂਨ ਉਦੋਂ ਮਤਲਬ ਇੱਕ ਜਾਨ ਨੂੰ ਤੁਸੀਂ ਜਾਨ ਨਹੀਂ ਸਮਝ ਰਹੇ ਜਾਂ ਤੁਸੀਂ ਆਪਦੀ ਫੌਜ ਦੇ ਸਿਪਾਹੀ ਦੇਖਦੇ ਹੋ ਜਾਂ ਸਾਹਮਣੇ ਵਾਲੇ ਨੂੰ ਇੱਕ ਨਿਹੰਗ ਦੇਖਦੇ ਹੋ ਨਿਹੰਗ ਸਿੰਘ ਦੇਖਦੇ ਹੋ ਮਤਲਬ ਇੱਥੇ ਤੁਹਾਡਾ ਡਿਸਕ੍ਰਿਮੀਨੇਸ਼ਨ ਹੈ ਜਿਹੜਾ ਤੁਹਾਡੀ ਸੋਚ ਹੈ ਜਿਹੜੀ ਉਹ ਦਿਖਦੀ ਆ ਜੇ ਤੁਸੀਂ ਇੱਕ ਨਜ਼ਰ ਨਾਲ ਸਾਹਮਣੇ ਵਾਲੇ ਨੂੰ ਵੀ ਇਨਸਾਨ ਸਮਝੋ ਜਾਂ ਤਾਂ ਹੋਵੇ ਨਾ ਤੁਹਾਡੀ ਕੋਈ ਲੜਾਈ ਹੈ ਵੀ ਇਹ ਆਜ਼ਾਦੀ ਦੀ ਲੜਾਈ ਹੈ ਸਾਡੀ ਤੇ ਇਹਦੇ ਵਿੱਚ ਜੇ ਜੇ ਇਹ ਕੰਮ ਹੋ ਜਾਂਦਾ ਜੇ ਅਸੀਂ ਆਜ਼ਾਦ ਹੋ ਜਾਂਨੇ ਆ ਤਾਂ ਉਹਦੇ ਨਾਲ ਸਾਡੇ ਪੂਰੇ ਦੇਸ਼ ਦੇ ਲੋਕਾਂ ਨੂੰ ਕਿੰਨਾ ਫਾਇਦਾ ਹੋਊਗਾ ਜਿਵੇਂ ਭਗਤ ਸਿੰਘ ਹੋਰਾਂ ਨੇ ਸੋਚਿਆ ਉਹਨਾਂ ਨੇ ਉਹਨਾਂ ਨੇ ਡਾਇਰੈਕਟਲੀ ਜਾ ਕੇ ਜਿਹੜਾ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਸੀ ਉਹਦੇ ਨਾਲ ਲੋਕਾਂ ਦੀ ਜਾਨ ਨਹੀਂ ਲੈਣੀ ਸੀ ਉਹਨਾਂ ਦਾ ਮਕਸਦ ਉਹ ਨਹੀਂ ਸੀ ਪਰ ਤੁਸੀਂ ਤਾਂ ਲੋਕਾਂ ਦੀ ਜਾਨ ਲਈ ਹੈ ਤੁਸੀਂ ਲੋਕਾਂ ਦੀ ਜਾਨ ਲਈ ਐ ਇਹ ਕਹਿ ਕੇ ਕਿ ਜੀ ਮੇਰੇ ਸਿਪਾਹੀ ਮਰੇ ਸੀਗੇ ਮੇਰੇ ਸਿਪਾਹੀਆਂ ਦੀਆਂ ਲਾਸ਼ਾਂ ਸੀਗੀਆਂ ਤੇ ਮੈਂ ਉਹਨਾਂ ਤੋਂ ਬਦਲਾ ਲਿਆ ਉਹਦਾ ਤੇ ਗੱਲ ਇੰਨੀ ਕ ਹੈ ਕਿ ਉਸ ਮੌਕੇ ਜਿਹੜੇ ਵੀ ਪੁਲਿਸ ਅਧਿਕਾਰੀ ਸੀ ਸਿਰਫ ਸਿਮਰਨਜੀਤ ਮਾਨ ਨਹੀਂ ਕੇ ਪੀ ਐਸ ਗੱਲ ਵੀ ਸੀਗੇ ਤੇ ਹੋਰ ਵੀ ਲੋਕ ਸੀਗੇ ਤੇ ਕਈਆਂ ਦੇ ਨਾਮ ਹੀ ਨਹੀਂ ਸਾਹਮਣੇ ਆਏ ਹੂੰ ਕਈ ਉਹ ਪਿੰਕੀ ਕਾਟ ਨੇ ਕਈਆਂ ਦੇ ਨਾਮਾਂ ਦੇ ਦਾ ਖੁਲਾਸੇ ਕਰਤੇ ਤੇ ਕਈਆਂ ਦੇ ਨਾਮ ਹੀ ਨਹੀਂ ਸਾਹਮਣੇ ਆਏ ਜਿਨ੍ਹਾਂ ਨੇ ਆਪਣੇ ਅਹੁਦੇ ਲੈਣੇ ਸੀ ਅਹੁਦੇ ਲੈਣ ਵਾਸਤੇ ਪਿੰਡਾਂ ਚੋਂ ਘਰਾਂ ਚੋਂ ਕੋ-ਕੋ ਕੇ ਨੌਜਵਾਨ ਮਾਰਦੇ 15 15 12 12 ਸਾਲ ਦੇ ਬੱਚਿਆਂ ਨੂੰ ਲਿਜਾ ਕੇ ਬਾਹਰ ਨਹਿਰ ਦੇ ਪੁਲ ਤੇ ਮਾਰ ਦੇਣਾ ਤੇ ਨਹਿਰ ਦੇ ਵਿੱਚ ਹੀ ਸੁੱਟ ਦੇਣਾ ਤੇ ਉਹਨਾਂ ਦੀਆਂ ਲਾਸ਼ਾਂ ਦੀ شناخت ਵੀ ਨਹੀਂ ਹੁੰਦੀ ਸੀ ਉਹਨਾਂ ਨੂੰ ਅੱਤਵਾਦੀ ਕਹਿ ਦੇਣਾ ਤੇ ਆਪਣੇ ਰੈਂਕ ਵਧਾ ਲੈਣੇ ਆਪਣੀ ਪ੍ਰੋਮੋਸ਼ਨ ਲੈ ਲੈਣੀ ਉਹ ਕੰਮ ਹੋਇਆ ਪੰਜਾਬ ਦੇ ਵਿੱਚ ਇਹ ਵੀ ਹੋਇਆ ਕਿ ਪੁਲਿਸ ਵਾਲੀਆਂ ਫੈਮਲੀਆਂ ਵੀ ਮਾਰੀਆਂ ਗਈਆਂ ਜੀ ਪੁਲਿਸ ਵਾਲੇ ਲੋਕ ਵੀ ਮਾਰੇ ਗਏ ਜਿਹੜੇ ਪੁਲਿਸ ਦੇ ਵਿੱਚ ਇਮਾਨਦਾਰ ਸੀ ਕਈ ਲੋਕ ਉਹਨਾਂ ਦੇ ਪਰਿਵਾਰ ਵੀ ਮਾਰੇ ਗਏ ਉਹ ਪੁਲਿਸ ਵਾਲੇ ਲੋਕ ਵੀ ਮਾਰੇ ਗਏ ਚ ਕਈ ਅਧਿਕਾਰੀ ਸੀ ਕਈ ਕਰਮਚਾਰੀ ਸੀ ਜਿਹੜੇ ਮਾਰੇ ਗਏ ਉਹ ਵੀ ਠੀਕ ਨਹੀਂ ਹੈ ਮਰਨਾ ਕਿਸੇ ਦਾ ਵੀ ਠੀਕ ਨਹੀਂ ਹੈ ਅਸੀਂ ਕਿਸੇ ਚੀਜ਼ ਨੂੰ ਜਸਟੀਫਾਈ ਨਹੀਂ ਕਰ ਸਕਦੇ ਜੇ ਕੋਈ ਵੀ ਹੈ ਮਰਦਾ ਹਰ ਕਿਸੇ ਦੀ ਮੌਤ ਹਰ ਕਿਸੇ ਦੀ ਜ਼ਿੰਦਗੀ ਓਨੀ ਹੀ ਕੀਮਤੀ ਹੈ ਜਿੰਨੀ ਇੱਕ ਪੁਲਿਸ ਵਾਲੇ ਦੀ ਹੈ ਜਿੰਨੀ ਇੱਕ ਆਮ ਬੰਦੇ ਦੀ ਹੈ ਜਿੰਨੀ ਇੱਕ ਬੱਚੇ ਦੀ ਹੈ ਜਿੰਨੀ ਇੱਕ ਬਜ਼ੁਰਗ ਦੀ ਹੈ ਤੇ ਕਿਸੇ ਵੀ ਤਰੀਕੇ ਅਸੀਂ ਕਿਸੇ ਦੀ ਅ ਅਣਾਈ ਮੌਤ ਨੂੰ ਜਸਟੀਫਾਈ ਨਹੀਂ ਕਰ ਸਕਦੇ ਸਰ ਆਖਰੀ ਸਵਾਲ ਰਿਟਾਇਰਮੈਂਟ ਤੋਂ 3 ਮਹੀਨੇ ਪਹਿਲਾਂ ਹਰਿਆਣਾ ਦੇ ਡੀਐਸਪੀ ਦੀ ਮੌਤ ਹੋ ਗਈ ਇਲੀਗਲ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਬਿਲਕੁਲ ਹੁਣ ਇਹ ਮਾਮਲਾ ਤਾਂ ਇਲੀਗਲ ਮਾਈਨਿੰਗ ਦਾ ਹੁਣ ਨੈਸ਼ਨਲ ਮੀਡੀਆ ਤੇ ਵੀ ਚੱਲੂਗਾ ਕਈ ਦਿਨ ਚਰਚਾ ਚ ਰਹੂਗਾ ਵੈਸਾ ਵੀ ਹੋਣਗੀਆਂ ਡਿਬੇਟ ਦਾ ਮੇਨ ਟਾਪਿਕ ਇਹ ਰਹੂਗਾ ਸਾਰੇ ਵੱਡੇ ਚੈਨਲਾਂ ਤੇ ਕਿ ਜੀ ਇਲੀਗਲ ਮਾਈਨਿੰਗ ਕਿਸ ਤਰੀਕੇ ਨਾਲ ਹੁੰਦੀ ਹੈ ਦੇਖੀਏ ਕਿਸ ਤਰੀਕੇ ਸੇ ਚਲਤੇ ਆ ਮੌਤ ਕੇ ਟਰੱਕ ਇਸ ਤਰ੍ਹਾਂ ਦੀਆਂ ਹੈਡਲਾਈਨਸ ਵੀ ਹੋਣਗੀਆਂ ਪਰ ਹੁੰਦਾ ਕੀ ਹੈ ਅਸਲ ਦੇ ਵਿੱਚ ਮਾਈਨਿੰਗ ਅੱਜ ਦੀ ਨਹੀਂ ਹੋ ਰਹੀ ਮਾਈਨਿੰਗ ਬਹੁਤ ਪਹਿਲਾਂ ਦੀ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਓਵੇਂ ਹੋ ਰਹੀ ਹੈ ਹਰਿਆਣਾ ਚ ਵੀ ਓਵੇਂ ਹੋ ਰਹੀ ਹੈ ਹਰਿਆਣਾ ਦਾ ਮਹਿੰਦਰਗੜ ਔਰ ਨੂ ਦਾ ਇਲਾਕਾ ਜਿਹੜਾ ਉੱਥੇ ਪੱਥਰ ਦੀ ਮਾਈਨਿੰਗ ਹੁੰਦੀ ਹੈ ਇੱਥੇ ਜਿਹੜਾ ਘੱਗਰ ਦਾ ਇਲਾਕਾ ਇੱਥੇ ਰੇਤ ਦੀ ਮਾਈਨਿੰਗ ਹੁੰਦੀ ਹੈ ਪੰਜਾਬ ਦੇ ਵਿੱਚ ਵੀ ਜਿਹੜਾ ਦਰਿਆਈ ਇਲਾਕਾ ਉੱਥੇ ਰੇਤ ਦੀ ਮਾਈਨਿੰਗ ਹੁੰਦੀ ਹੈ ਤੇ ਇਹ ਹਮੇਸ਼ਾ ਇਲੈਕਸ਼ਨਸ ਦੇ ਵਿੱਚ ਮੁੱਦਾ ਬਣਦਾ ਚਰਚਾ ਦਾ ਪਰ ਇਹਨੂੰ ਰੋਕਣਾ ਕਿਵੇਂ ਹੈ ਤੇ ਇਹਦੇ ਵਿੱਚ ਕੌਣ ਲੋਕ ਇਨਵੋਲਵ ਨੇ ਉਹ ਸਭ ਨੂੰ ਪਤਾ ਹੋਣ ਦੇ ਬਾਵਜੂਦ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਦੇ ਵਿੱਚ ਵੀ ਇਹ ਸਭ ਕੁਝ ਹੁੰਦਾ ਹੈ ਤੇ ਹਰਿਆਣਾ ਦੇ ਵਿੱਚ ਉਹ ਸਾਡਾ ਗਵਾਂਡੀ ਸਟੇਟ ਹੈ ਸਾਡੇ ਗਵਾਂਡ ਦੇ ਵਿੱਚ ਇਹ ਹੋਇਆ ਕਿ ਜੀ ਇੱਕ ਪੁਲਿਸ ਦੇ ਅਹੁਦੇਦਾਰ ਨੂੰ ਮਾਰ ਦਿੱਤਾ ਗਿਆ ਹੈ ਮਾਫੀਆ ਵੱਲੋਂ ਤੇ ਇੰਨੀਕ ਨਹੀਂ ਆ ਗੱਲ ਕਿ ਉਹ ਉਹਨਾਂ ਨੇ ਡਰ ਕੇ ਘਬਰਾ ਕੇ ਮਾਰਤਾ ਨਹੀਂ ਪਹਿਲਾਂ ਉਹਨਾਂ ਨੇ ਕੱਟੇ ਦਿਖਾਏ ਆ ਕੋਈ ਦੇਸੀ ਪਿਸਟਲ ਦਿਖਾਏ ਆ ਉਹਨਾਂ ਨੂੰ ਪੁਲਿਸ ਨੂੰ ਪੁਲਿਸ ਨੇ ਥੋੜਾ ਜਿਹਾ ਪਿੱਛੇ ਹੋ ਕੇ ਸੋਚਿਆ ਕਿ ਪਲੈਨਿੰਗ ਦੇ ਨਾਲ ਇਹਨਾਂ ਨੂੰ ਫੜਾਂਗੇ ਜਾਂ ਕੁਛ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਨੇ ਪਰਪਸਲੀ ਮਾਰਿਆ ਉਹਨਾਂ ਨੂੰ ਪਰਪਸਲੀ ਇੱਕ ਐਸਐਸਪੀ ਨੂੰ ਮਾਰ ਦੇਣਾ ਕੋਈ ਛੋਟੀ ਗੱਲ ਨਹੀਂ ਹੈ ਉਹਨਾਂ ਦੇ ਹੌਸਲੇ ਇੰਨੇ ਕਿਵੇਂ ਵਧੇ ਜੀ ਉਹਨਾਂ ਦੇ ਹੌਸਲੇ ਵਧਣ ਦੇ ਪਿੱਛੇ ਉਹਨਾਂ ਦਾ ਜਿਹੜੇ ਪਿੱਛੇ ਖੜੇ ਆ ਪੱਠ ਤੇ ਜਿਹੜੇ ਲੋਕ ਪੋਲਿਟਿਕਲ ਲੋਕ ਖੜੇ ਆ ਜਿਨ੍ਹਾਂ ਕੋਲ ਪਾਵਰ ਹੈ ਉਹੀ ਲੋਕ ਜ਼ਿੰਮੇਵਾਰ ਨੇ ਜੀ ਤੇ ਹਰਿਆਣਾ ਦੀ ਸਰਕਾਰ ਹੈ ਜਿਹੜੀ ਉਹ ਵੀ ਜ਼ਿੰਮੇਵਾਰ ਹੈ ਹਰਿਆਣਾ ਦੇ ਲੋਕ ਉਹ ਵੀ ਜ਼ਿੰਮੇਵਾਰ ਹੈ ਕਿਉਂਕਿ ਹਰਿਆਣਾ ਦੇ ਲੋਕਾਂ ਨੇ ਆਪਣੀ ਸਰਕਾਰ ਚੁਣੀ ਹੈ ਤੇ ਉਹ ਸਰਕਾਰ ਨੂੰ ਮਨਮਾਨੀਆਂ ਕਰਨ ਕਰਨਾ ਅਲੋਅ ਕੀਤਾ ਤੇ ਜਿਹੜੀਆਂ ਥਾਵਾਂ ਤੇ ਇਲੀਗਲ ਮਾਈਨਿੰਗ ਹੋ ਰਹੀ ਹੈ ਉਹਦੀ ਇਨਫੋਰਮੇਸ਼ਨ ਹੁੰਦਿਆਂ ਵੀ ਲੋਕਲ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਇਨਫੋਰਮੇਸ਼ਨ ਹੈਗੀ ਹੈ ਤੇ ਹੁੰਦਾ ਇਹ ਹੈ ਕਿ ਪੁਲਿਸ اور ਮਾਫੀਆ ਦਾ ਜਿਹੜਾ ਰਲ ਕੇ ਕੰਮ ਚੱਲ ਰਿਹਾ ਹੁੰਦਾ ਉਹਦੇ ਵਿੱਚ ਲੋਕਲ ਆਮ ਲੋਕੀ ਵੀ ਕੁਝ ਕਰ ਨਹੀਂ ਪਾਉਂਦੇ ਤੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਸਖਤੀ ਨਾਲ ਇਸ ਕੰਮ ਨੂੰ ਨਜਿੱਠਣਾ ਪੈਣਾ ਅੱਜ ਚਰਚਾ ਹੈ ਕਿਉਂਕਿ ਇੱਕ ਪੁਲਿਸ ਅਧਿਕਾਰੀ ਮਾਰਿਆ ਗਿਆ ਤੇ ਇਹ ਇੱਥੇ ক্লোਜ਼ ਨਾ ਹੋਵੇ ਗੱਲ ਕਿ ਅੱਜ ਹੀ ਇਹਨੂੰ 2-4 ਹਫ਼ਤਾ 10 ਦਿਨ ਤੱਕ ਇਹ ਗੱਲ ਚੱਲੇ ਉਸ ਤੋਂ ਬਾਅਦ ਫਿਰ ਇਹ ਗੱਲ ਠੱਪ ਹੋ ਜੇ ਫਿਰ ਮਾਈਨਿੰਗ ਉਵੇਂ ਚੱਲੇ ਫਿਰ ਟਰੱਕ ਦੌੜਨ ਰਾਤ ਨੂੰ ਤੇ ਫਿਰ ਜਦੋਂ ਰੇਡ ਹੋਵੇ ਉੱਥੇ ਇੱਕ ਅੱਧਾ ਟਰੱਕ ਹੀ ਮਿਲੇ ਹੂੰ ਉਹ ਸਭ ਕੁਝ ਨਾ ਹੋਵੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਅਨਸ਼ੋਰ ਕਰਨਾ ਪਊਗਾ ਇਸ ਤੋਂ ਇਲਾਵਾ ਸਰ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਦੇਖ ਲੈਂਦੇ ਆ ਨੈਕਸਟ ਸੈਗਮੈਂਟ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਲੀਨ ਕੌਰ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਮੋਗਾ ਨਵ ਨਿਯੁਕਤ ਈਟੀਟੀ ਅਧਿਆਪਕਾ ਦੀ ਹਾਦਸੇ 'ਚ ਮੌਤ ਮੋਗਾ ਦੇ ਧਰਮਕੋਟ ਵਿੱਚ ਐਕਟਿਵਾ ਤੇ ਵਾਪਸ ਆ ਰਹੀ ਨਵ ਨਿਯੁਕਤ ਈਟੀਟੀ ਅਧਿਆਪਕਾ ਜਸਪ੍ਰੀਤ ਕੌਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਜਸਪ੍ਰੀਤ ਦੀ ਮੌਤ ਹੋ ਗਈ ਹੈ ਜਸਪ੍ਰੀਤ ਨੇ 5 ਜੁਲਾਈ ਨੂੰ ਹੀ ਨੌਕਰੀ ਜੁਆਇਨ ਕੀਤੀ ਸੀ ਉਸਨੇ ਬੜੀ ਜਦੋਜਹਿਦ ਨਾਲ ਨੌਕਰੀ ਹਾਸਲ ਕੀਤੀ ਹੁਣ ਉਸ ਨੂੰ ਨੌਕਰੀ ਮਿਲਣ ਤੇ ਵਧਾਈਆਂ ਮਿਲ ਰਹੀਆਂ ਸਨ ਪਰ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ ਅੱ체 ਪਿਛੋ ਪਿੰਚ ਵਿੱਚ ਸੋ ਦਿਲ ਹੈ ਦੋ ਦਿਨ ਕੈਨੇਡਾ ਚ ਗੋਲੀਬਾਰੀ ਕਾਰਨ 28 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਕੈਨੇਡਾ ਦੇ ਟੋਰਾਂਟੋ ਵਿੱਚਲੇ ਨਾਈਟ ਕਲੱਬ ਵਿੱਚ ਗੋਲੀਬਾਰੀ ਦੌਰਾਨ 28 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ प्रदीप ਬਰਾੜ ਵਜੋਂ ਹੋਈ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਚ ਇੱਕ 24 ਸਾਲਾ ਮੁਟਿਆਰ ਵੀ ਜ਼ਖਮੀ ਹੋਈ ਮਿਲੀ ਜਾਣਕਾਰੀ ਮੁਤਾਬਕ प्रदीप ਬਰਾੜ ਐਤਵਾਰ ਤੜਕੇ 647 ਕਿੰਗ ਸੈਂਟ ਵਿਖੇ ਮੁਟਿਆਰ ਸਮੇਤ ਜ਼ਖਮੀ ਹੋ ਗਏ ਸਨ मिली जानकारी मुताबिक ফরিদਕੋਟ ਦੇ ਪਿੰਡ ਖਾਰਾ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਪਦੀਪ ਪਰਾੜ ਨਾਈਟ ਕਲੱਬ ਵਿੱਚ ਗਿਆ ਸੀ ਇਸ ਦੌਰਾਨ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿੱਚ ਇਸ ਨੌਜਵਾਨ ਨੂੰ ਗੋਲੀ ਲੱਗੀ ਜ਼ਿਕਰਯੋਗ ਹੈ ਕਿ ਸਾਰਾ ਪਰਿਵਾਰ ਕਾਫੀ ਸਮੇਂ ਤੋਂ ਕੈਨੇਡਾ 'ਚ ਰਹਿੰਦਾ ਹੈ ਪ੍ਰੋਫੈਸਰ ਪੁੱਲਰ ਦੀ ਰਿਹਾਈ ਦਾ ਮਾਮਲਾ ਦਿੱਲੀ ਸਰਕਾਰ ਦੇ ਵਿਚਾਰਤ ਦੀ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਖਲ ਕੀਤਾ ਜਵਾਬ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਬੁੱਧਵਾਰ ਹਾਈ ਕੋਰਟ 'ਚ ਜਵਾਬ ਦਾਖਲ ਕਰ ਦਿੱਤਾ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਵਾਬ ਵਿੱਚ ਦੱਸਿਆ ਹੈ ਕਿ ਪ੍ਰੋਫੈਸਰ ਪੁੱਲਰ ਦੀ ਰਿਹਾਈ ਦਾ ਮਾਮਲਾ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਵਿਚਾਰ ਅਧੀਨ ਹੈ ਸੁਣਵਾਈ ਦੌਰਾਨ 1993 ਦੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਦੀ ਰਿਹਾਈ ਮਾਮਲੇ ਤੇ ਅਦਾਲਤ ਨੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ ਜਦਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਕੋਲ ਆਪਣਾ ਜਵਾਬ ਦਾਖਲ ਕੀਤਾ ਪੰਜਾਬ ਸਰਕਾਰ ਦੇ ਵਕੀਲ ਏਜੀ ਬਲਬੀਰ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਕੋਲਨ ਨੂੰ ਆਈਪੀਸੀ ਦੀਆਂ ਧਾਰਾਵਾਂ 302, 307 ਅਤੇ ਟਾਡਾ ਐਕਟ ਤਹਿਤ 1993 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਔਰੰਗਜ਼ੇਬ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੁਆਰਾ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਹੀਦ ਨਹੀਂ ਅਤਵਾਦੀ ਕਹਿਣ ਦੀ ਸਖਤ ਨਿਕੇਦੀ ਕੀਤੀ ਗਈ। ਬੀਤੇ ਦਿਨੀ ਸਜਰੇ ਬਣੇ ਐਮਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਦਾਗੇ ਗਏ ਭਗਤ ਸਿੰਘ ਸ਼ਹੀਦ ਨਹੀਂ ਅਤਵਾਦੀ ਸੀ ਬਿਆਨ ਦੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ਵਿੱਚ ਨਿਕੇਦੀ ਕੀਤੀ ਗਈ ਹੈ ਇਸ ਸੰਬੰਧੀ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਅਤੇ ਜਨਰਲ 77 ਸੁਖਦੇਵ ਸਿੰਘ ਕੋਕਰੀ ਕਲਾ ਨੇ ਕਿਹਾ ਹੈ ਇਹ ਸ਼੍ਰੀਮਾਨ ਵੱਲੋਂ ਇਸ ਮੌਕੇ ਦਿੱਤਾ ਗਿਆ ਇਹ ਬਿਆਨ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੁਆਰਾ ਆਪਣੇ ਹੱਕਾਂ ਉੱਤੇ ਮਾਰੇ ਜਾ ਰਹੇ ਡਾਕਿਆਂ ਵਿਰੁੱਧ ਕੇਂਦਰੀ ਅਤੇ ਸੂਬਾਈ ਹਕੂਮਤਾਂ ਖਿਲਾਫ ਸੰਘਰਸ਼ ਤੇਜ਼ ਅਤੇ ਵਿਸ਼ਾਲ ਕਰਨ ਤੋਂ ਨੌਜਵਾਨਾਂ ਦਾ ਧਿਆਨ ਪਾਸੇ ਹਟਾਉਣ ਦਾ ਸਰਕਾਰ ਪੱਖੀ ਕੋਝਾ ਯਤਨ ਹੈ ਜਿੱਥੋਂ ਤੱਕ ਇਸ ਬਿਆਨ ਵਿੱਚ ਅਤਵਾਦ ਬਾਰੇ ਜ਼ਿਕਰ ਦਾ ਸਵਾਲ ਹੈ ਸ਼੍ਰੀਮਾਨ ਨੇ ਖੁਦ ਫਰੀਦਕੋਟ ਦੇ ਐਸਐਸਪੀ ਹੁੰਦਿਆਂ ਸਰਾਏ ਨਾਗਾ ਪਿੰਡ ਵਿਖੇ ਸਰਦਾਰਾਂ ਦੇ ਖੰਖਾਰ ਕੁੱਤੇ ਨੂੰ ਮਾਰਨ ਵਾਲੇ ਨਹੀਂ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਤੋਂ ਧੋਕੇ ਨਾਲ ਬਾਹਰ ਸਦਕੇ ਝੂਠਾ ਮੁਕਾਬਲਾ ਬਣਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਇਸ ਤੋਂ ਵੱਡਾ ਅਤਵਾਦ ਹੋਰ ਕੀ ਹੋ ਸਕਦਾ ਹੈ ਇਹੋ ਜਿਹੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਾਸ਼ਿਕਾ ਸੋ ਇਸ ਸੰਸਰ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੀ ਅੱਜ ਦੀ ਸਰਕਾਰੀ ਖਬਰ ਕੀ ਹੈ ਸਰ ਪੜ੍ਹਦੇ ਹਾਂ ਜੀ ਨਾਮੀ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਟੂਰਨਾਮੈਂਟ ਦੇ ਜੇਤੂਆਂ ਨੂੰ ਨਗਦ ਇਨਾਮ ਦੇਣ ਲਈ ਬਣੇਗੀ ਨਵੀਂ ਖੇਡ ਨੀਤੀ ਮੀਟਰ ਭਗਵੰਤਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਡਾਂ ਵਿੱਚ ਪੰਜਾਬ ਨੂੰ ਮੋੜ-ਮੋਰੀ ਸੂਬਾ ਬਣਾਉਣ ਲਈ ਵਚਨਬੱਧ ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੋ ਮੰਤਰੀ ਪੱਧਰ ਉੱਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਢੇਰੇ ਵਿੱਚ ਦੇਉਣ ਲਈ ਪੰਜਾਬ ਸਰਕਾਰ ਮੌਜੂਦਾ ਖੇਡ ਨੀਤੀ ਵਿੱਚ ਕਈ ਤਬਦੀਲੀਆਂ ਕਰਕੇ ਨਵੀਂ ਵਿਆਪਕ ਖੇਡ ਨੀਤੀ ਬਣਾ ਰਹੀ ਹੈ ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਅਰ ਨੇ ਕਹੀ ਖੇਡ ਮੰਤਰੀ ਮੀਥੇਅਰ ਨੇ ਇਹ ਗੱਲ ਅੱਜ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਦੋ ਸੋਨੇ ਦੇ ਤਗਮੇ ਜਿੱਤ ਕੇ ਵਤਨ ਪਰਤੇ ਅਰਜਨ ਬਬੂਟਾ ਦਾ ਸਵਾਗਤ ਤੇ ਸਨਮਾਨ ਕਰਨ ਮੌਕੇ ਕਹੀ ਮੀਥੇਅਰ ਜਲਾਲਾਬਾਦ ਤੋਂ ਵਿਧਾਇਕ ਜਦ ਦੀਪ ਸਿੰਘ ਗੋਲਡੀ ਕੰਬੋਜ ਅਤੇ ਸਥਾਨਕ ਕਾਉਂਸਲਰ ਸਰਬਜੀਤ ਸਿੰਘ ਮੋਹਾਲੀ ਦੇ ਫੇਜ਼ 11 ਸਥਿਤ ਅਰਜਨ ਬਬੂਟਾ ਦੀ ਰਿਹਾਈ ਸਭੇ ਪਹੁੰਚੇ ਸਨ ਮੀਥੇਰ ਨੇ ਅਰਜਨ ਬਬੂਟਾ ਨੂੰ ਮਾਨਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਸਨੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਇਸ ਪ੍ਰਾਪਤੀ ਨਾਲ ਨਵੀਂ ਉਮਰ ਦੇ ਖਿਡਾਰੀ ਉਤਸ਼ਾਹਿਤ ਹੋਣਗੇ ਉਨ੍ਹਾਂ ਨੂੰ ਅਰਜਨ ਦੇ ਭਵਿੱਖ ਦੇ ਮੁਕਾਬਲਿਆਂ ਅਤੇ 2024 ਵਿੱਚ ਪੈरिस ਵਿਖੇ ਹੋਣ ਵਾਲੀਆਂ 올림픽 ਖੇਡਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਇਹ ਸਰਕਾਰੀ ਖਬਰ ਦੇ ਵਿੱਚ ਕੁ ਉਮੀਦ ਹੈ ਜੀ ਜੋ ਅਸੀਂ ਹਮੇਸ਼ਾ ਕਰਦੇ ਆਂ ਜੋ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਹਿੰਦੇ ਆ ਕਿ ਪੰਜਾਬ ਨੂੰ ਹੋਰ ਪ੍ਰੋਸਪਰਸ ਬਣਾਉਣ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਵੀ ਸ਼ਾਮਿਲ ਕੀਤਾ ਜਾਵੇ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਜੇ ਪੰਜਾਬ ਦੇ ਖੇਡ ਮੰਤਰੀ ਜੋ ਆਪ ਯੂਥ ਲੀਡਰ ਮੰਨੇ ਜਾਂਦੇ ਨੇ ਮੀਥੇਰ ਜੇ ਉਹ ਇਹ ਗੱਲ ਕਹਿੰਦੇ ਆ ਤੇ ਉਹ ਆਪਣੀ ਗੱਲ ਨੂੰ ਪੂਰਦੇ ਵੀ ਹੈ ਨਵੀਂ ਖੇਡ ਨੀਤੀ ਲੈ ਕੇ ਆਉਂਦੇ ਆ ਜਿਦੇ ਚ ਪੰਜਾਬ ਦੇ ਖਿਡਾਰੀਆਂ ਨੂੰ ਮੌਕਾ ਮਿਲਦਾ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਖਬਰ ਦੇਖ ਰਹੇ ਸੀ ਜਿਦੇ ਵਿੱਚ ਇੱਕ ਇੰਟਰਨੈਸ਼ਨਲ ਖਿਡਾਰੀ ਉਹਦੇ ਕੋਲ ਪੈਸਾ ਨਾ ਹੋਣ ਕਾਰਨ ਸੋਰਸ ਨਾ ਹੋਣ ਕਾਰਨ ਉਹਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ ਖੇਤਾਂ ਦੇ ਵਿੱਚ ਤੇ ਉਹ ਵੀ ਗੱਲ ਹੈ ਪੰਜਾਬ ਦਾ ਮੰਦ ਭਾਗ ਹੈ ਕਿ ਪੰਜਾਬ ਨੂੰ ਇਹ ਚੀਜ਼ਾਂ ਵੀ ਦੇਖਣੀਆਂ ਪਈਆਂ ਕਿਉਂਕਿ ਮਾੜੀ ਲੀਡਰਸ਼ਿਪ ਤੇ ਜਿਹੜਾ ਲਾਲਚ ਹੈ ਲੀਡਰਾਂ ਦੇ ਵਿੱਚ ਉਹਨੇ ਪੰਜਾਬ ਨੂੰ ਇੱਥੋਂ ਤੱਕ ਲੈ ਆਂਦਾ ਕਿਉਂਕਿ ਇਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ ਕੁਝ ਕਰ ਰਹੇ ਆਂ ਕੁਝ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਉਹਨਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਤੇ ਜੇ ਪੰਜਾਬ ਦੇ ਨੌਜਵਾਨ ਖੇਡਾਂ ਦੇ ਵਿੱਚ ਹੋਣਗੇ ਕੋਈ ਅਚੀਵਮੈਂਟ ਲੈ ਕੇ ਆਉਣਗੇ ਤੇ ਪੰਜਾਬ ਦੇ ਹੋਰ ਵੀ ਨੌਜਵਾਨ ਜਿਹੜੇ ਸਹੀ ਰਾਹ ਛੱਡ ਕੇ ਗਲਤ ਰਾਹਾਂ ਤੇ ਜਾ ਰਹੇ ਆ ਜਿਹੜੇ ਨਸ਼ੇ ਵੱਲ ਜਾ ਰਹੇ ਆ ਜਾਂ ਗੈਂਗਸਟਰਸ ਦੇ ਨਾਲ ਜੁੜ ਰਹੇ ਆ ਉਹਨਾਂ ਨੂੰ ਵੀ ਇੱਕ ਸੇਧ ਮਿਲੂਗੀ ਸੋ ਖਬਰਾਂ ਦੀ ਪੜਤਾਲਤਾ ਹੋ ਗਈ ਸਰ ਸਰਕਾਰੀ ਖਬਰ ਤੇ ਵੀ ਚਰਚਾ ਹੋ ਗਈ ਮੋਰਲ ਆਫ ਦਿ ਐਪੀਸੋਡ ਕੀ ਜੀ ਖਬਰਾਂ ਵਿੱਚੋਂ ਖਬਰ ਸੁਣੀ ਵਿੱਚ ਖਬਰ ਦੇ ਅਸਲਾ ਸਾਨੂੰ ਬਹਿ ਕੇ ਸੋਚਣਾ ਪਊ ਕੀ ਹੈ ਸਾਡਾ ਮਸਲਾ ਭਗਤ ਸਿੰਘ ਨੂੰ ਦੋਸ਼ੀ ਕਹਿ ਜੋ ਆਪਣੇ ਦੋਸ਼ ਲੁਕਾਵੇ ਫੇਰ ਨਾ ਕੋਈ ਲੀਡਰ ਹੁਣ ਪੰਜਾਬ ਦੇ ਪੁੱਤ ਮਰਾਵੇ ਪੰਜਾਬ ਦੇ ਪੁੱਤ ਮਰਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਸੋ ਸੋਚਣਾ ਜ਼ਰੂਰੀ ਹੈ ਜੀ ਤੇ ਇਹੋ ਜਿਹੀ ਖਬਰਾਂ ਸੁਣਨ ਲਈ ਖਬਰਾਂ ਦੀ ਪੜਤਾਲ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਖਬਰਾਂ ਵਿੱਚੋਂ ਖਬਰ ਸਸ਼ਕਾ